ਬਾਗਾ ਪੁਰਾਣਾ ਦੇ ਪਿੰਡ ਡਮਰੂ ਦੇ ਰਹਿਣ ਵਾਲੇ ਲਖਬੀਰ ਸਿੰਘ ਅਰੁਣਾਚਲ ਪ੍ਰਦੇਸ਼ ਦੇ ਬਾਰਡਰ ਤੇ ਇੱਕ ਹਾਦਸੇ ਦੌਰਾਨ ਸ਼ਹੀਦ ਹੋ ਗਏ। ਦੱਸਿਆ ਜਾ ਰਿਹਾ ਕਿ ਜਵਾਨ ਦੂਜੇ ਜਵਾਨ ਨੂੰ ਬਚਾਉਣਗੇ ਤਾਂ ਖੁਦ ਵੀ ਪਾਣੀ ਦੇ ਭਾਵ 'ਚ ਬਹਿ ਗਏ। ਰੈਸਕਿਊ ਆਪਰੇਸ਼ਨ ਤੋਂ ਬਾਅਦ ਸ਼ਹੀਦ ਲਖਬੀਰ ਸਿੰਘ ਦੀ ਲਾਸ਼ ਮਿਲੀ, ਲੇਕਿਨ ਬਰਨਾਲਾ ਸ਼ਹੀਦ ਸਤਵਿੰਦਰ ਸਿੰਘ ਅਜੇ ਲਾਪਤਾ ਨੇ। ਇਸ ਮੌਕੇ ਸੂਬਾ ਸਰਕਾਰ ਨੇ 50 ਲੱਖ ਰੁਪਏ ਅਤੇ ਇੱਕ ਪਰਿਵਾਰਕ ਸਦੱਸਯ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਸ਼ਹੀਦ ਲਖਬੀਰ ਸਿੰਘ ਦੇ ਨਾਮ ਤੇ ਪਿੰਡ ਦੇ ਸਕੂਲ ਦਾ ਨਾਮ ਰੱਖਿਆ ਜਾਏ ਤੇ ਪਿੰਡ ਚੋਂ ਨਿਕਲਦੀ ਸੜਕ ਦਾ ਨਾਮ ਵੀ ਲਖਬੀਰ ਸਿੰਘ ਦੇ ਨਾਂ ਤੇ ਰੱਖਿਆ ਜਾਏ ਤਾਂ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਇਸ ਤੋਂ ਕੁਝ ਸਿੱਖਿਆ ਲੈ ਸਕੇ। ਭਾਈ ਲਖਬੀਰ ਸਿੰਘ ਸੀ ਜੋ ਦਸੰਬਰ 2014 ਦੇ ਵਿੱਚ ਭਰਤੀ ਹੋਇਆ ਸੀਗਾ। ਮੈਂ ਇੱਕ ਸਰਵਿਸਮੈਨ ਦੇ ਹੋਣ ਦੇ ਨਾਤੇ ਜੋ ਜਦੋਂ ਵੀ ਮੈਂ ਛੁੱਟੀ ਆਉਂਦਾ ਸੀ ਉਦੋਂ ਹੀ ਕਹਿੰਦਾ ਵੀ ਚਾਚਾ ਜੀ ਮੈਂ ਵੀ ਫੌਜ ਦੇ ਵਿੱਚ ਭਰਤੀ ਹੋਣਾ। ਮੈਂ ਕਿਹਾ ਵੀ ਪੁੱਤਰ ਫੌਜ ਬਹੁਤ ਵਧੀਆ ਹੈ। ਜੋ ਸਿਪਾਹੀ ਲਖਬੀਰ ਸਿੰਘ ਸੀ ਫੋਰ ਸਿਖਲਾਈ ਦੇ ਵਿੱਚ ਡਿਊਟੀ ਕਰਦਾ ਸੀ ਅਰੁਣਾਚਲ ਪ੍ਰਦੇਸ਼ ਦੇ ਬਾਰਡਰ 'ਤੇ। ਸਾਨੂੰ ਇਸ ਦੁੱਖ ਵੀ ਹੈ ਪਰ ਸਾਨੂੰ ਸਾਡੇ ਪੁੱਤਰ 'ਤੇ ਮਾਣ ਵੀ ਬੜਾ ਕਿ ਸਾਡਾ ਦੇਸ਼ ਲਈ ਸ਼ਹੀਦ ਹੋਇਆ। ਸਾਨੂੰ ਹਮੇਸ਼ਾ ਜ਼ਿੰਦਗੀ ਵਿੱਚ ਰਹੇਗਾ ਕਿ ਸਾਡੇ ਪੁੱਤਰ ਨੇ ਦੇਸ਼ ਦੀ ਲਈ ਸ਼ਹਾਦਤ ਦਿੱਤੀ ਹੈ। ਹਾਂਜੀ, ਮੇਰਾ ਬ੍ਰਦਰ ਜਗਸੀਰ ਸਿੰਘ ਜੀ, ਮੈਨੂੰ ਬਹੁਤ ਮਾਣ ਆਪਦੇ ਭਰਾ 'ਤੇ ਦੇਸ਼ ਲਈ ਸ਼ਹੀਦ ਹੋਇਆ। ਜਦ ਵੀ ਉਹ ਛੁੱਟੀ ਆਉਂਦਾ ਸੀ ਸਾਨੂੰ ਉਹਦੇ 'ਤੇ ਬਹੁਤ ਮਾਣ ਆ। ਛੁੱਟੀ ਆਉਂਦਾ ਸੀ ਅਤੇ ਨਾਲ ਦੇ ਮੁੰਡਿਆਂ ਨੂੰ ਪ੍ਰੇਰਿਤ ਕਰਦਾ ਸੀ, ਟ੍ਰੇਨਿੰਗ ਦਿੰਦਾ ਸੀ ਵੀ ਫੌਜ ਦੀ ਬਹੁਤ ਹੀ ਵਧੀਆ ਨੌਕਰੀ ਹੈ। ਅਤੇ ਮੁੰਡੇ ਵੀ ਉਹਦੇ ਨਾਲ ਟ੍ਰੇਨਿੰਗ ਲੈਂਦੇ ਸੀ ਵੀ ਅਸੀਂ ਵੀ ਭਰਤੀ ਹੋਈਏ ਅਤੇ ਦੇਸ਼ ਦੇ ਕੰਮ ਆਈਏ। ਚਲੋ ਦੁੱਖ ਦੀ ਘੜੀ ਵਿੱਚ ਅਸੀਂ ਉਹਨੂੰ ਹੁਣ ਵਾਪਸ ਤਾਂ ਨਹੀਂ ਲਿਆ ਸਕਦੇ, ਪਰ ਸਾਨੂੰ ਮਾਣ ਹੈ ਕਿ ਉਹ ਦੇਸ਼ ਦੇ ਕੰਮ ਆਇਆ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਇੱਕ ਸਕੂਲ ਦਾ ਨਾਮ ਉਹਦੇ ਨਾਮ 'ਤੇ ਰੱਖਿਆ ਜਾਵੇ। ਇੱਕ ਸਾਡਾ ਮੇਨ ਰੋਡ ਆ ਨੱਥੂ ਵਾਲਾ ਤੋਂ ਲੰਡੇ, ਇਹਨੂੰ ਦੂਜਾ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਬਣਾਇਆ ਜਾਵੇ ਅਤੇ ਉਹਦੇ ਨਾਮ 'ਤੇ ਰੱਖਿਆ ਜਾਵੇ ਕਿ ਨੌਜਵਾਨਾਂ ਨੂੰ ਸੇਧ ਮਿਲੇ। ਸਵੇਰਾ ਪੰਜਾਬ ਲਈ ਬਾਗਾ ਪੁਰਾਣਾ ਤੋਂ ਸੰਦੀਪ ਸੁਖਮ ਦੀ ਰਿਪੋਰਟ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक इन्हां चोरा ठगा तो सावधान। स्पेशलिस्ट वशीकरण सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री 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 मियां रफीक मोहम्मद, मोबाइल 84374 94 46 84374 94 648। ਸਿਆਸਤ, ਵਪਾਰ, ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਅਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮ।